ਗੁੱਡ ਮਾਰਨਿੰਗ ਬੱਚੋ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਅਸੀਂ ਐਲੋ 10 ਜੋ ਐਤਵਾਰ ਨੂੰ ਪੇਪਰ ਹੋਇਆ ਸੀ ਵਿਸ਼ਾ ਪੰਜਾਬੀ ਦੇ ਕੁਐਸਚਨ ਆ ਉਹ ਡਿਸਕਸ ਕਰਾਂਗੇ ਜਿਨ੍ਹਾਂ ਬੱਚਿਆਂ ਨੂੰ ਸਮਝ ਨਹੀਂ ਆਏ ਸੀ ਉਹ ਧਿਆਨ ਨਾਲ ਇਸ ਵੀਡੀਓ ਨੂੰ ਦੇਖਣ ਤੇ ਆਪਣੀ ਕਾਪੀ ਦੇ ਉੱਪਰ ਇਹ ਜਿਹੜੇ ਕੁਐਸਚਨ ਹੈ ਨੋਟ ਕਰਨ ਠੀਕ ਹੈ ਜੀ ਪਹਿਲਾ ਕੁਐਸਚਨ ਹੈ ਹੋੜਾ ਮਾਤਰਾ ਪਹਿਚਾਣੋ ਦੇਖੋ ਬੇਟਾ ਅਸੀਂ ਕਾਫੀ ਮਾਤਰਾਵਾਂ ਹੈ ਜਿਹੜੀਆਂ ਕਰ ਚੁੱਕੇ ਹਾਂ ਤਾ ਆਜਾ ਪਏ ਦੇ ਵਿੱਚੋਂ ਹੋੜਾ ਮਾਤਰਾ ਪਹਿਚਾਣੀ ਹੈ ਦੇਖੋ ਜਿਹੜਾ ਸ਼ਬਦ ਦੇ ਨਾਲ ਛੋਟਾ ਜਿਹਾ ਇਸ ਤਰ੍ਹਾਂ ਲੱਗਦਾ ਹੁੰਦਾ ਹੈ ਇਹ ਹੈ ਕੰਨਾ ਜਿਹੜਾ ਸ਼ਬਦ ਦੇ نیچے ਹੈ ਇਹ ਹੈ ਔਂਕੜ ਸ਼ਬਦ ਦੇ ਅੱਗੇ ਲੱਗਦੀ ਹੈ ਇਸ ਤਰ੍ਹਾਂ ਸਿਹਾਰੀ ਸ਼ਬਦ ਦੇ ਉੱਪਰ ਜੋ ਹੈ ਇਹ ਹੈ ਹੋੜਾ ਤਾਂ ਅਸੀਂ ਕਿਹੜੀ ਮਾਤਰਾ ਪਹਿਚਾਣੀ ਹੈ ਹੋੜਾ ਤਾਂ ਸਾਡਾ ਜਿਹੜਾ ਚੌਥਾ ਆਪਸ਼ਨ ਹੈ ਇਹ ਹੈ ਬਿਲਕੁਲ ਸਹੀ ਅਗਲਾ ਕੁਐਸਚਨ ਹੈ ਕਿਹੜਾ ਸ਼ਬਦ ਜੋੜ ਸਹੀ ਹੈ ਅਸੀਂ ਸ਼ਬਦ ਪੜ੍ਹ ਕੇ ਦੇਖਦੇ ਹਾਂ ਜਿਹੜਾ ਸ਼ਬਦ ਬਿਲਕੁਲ ਸਹੀ ਹੈ ਅਸੀਂ ਉਸ ਤੇ ਨਿਸ਼ਾਨੀ ਲਗਾਵਾਂਗੇ ਜਜੇ ਕਨੜ ਜਾ ਕ ਰ ਜਾਕਰ ਜਜੇ ਸਿਹਾਰੀ ਜੀ ਕ ਰ ਜਿਕਰ ਜਜੇ ਹੋੜਾ ਜੋ ਕ ਰ ਜੋਕਰ ਜਜੇ ਕਨੌੜਾ ਜੋ ਕ ਰ ਜੋਕਰ ਤਾਂ ਇਹਦੇ ਵਿੱਚੋਂ ਸ਼ਬਦ ਜੋਕਰ ਹੈ ਜਿਹੜਾ ਬਿਲਕੁਲ ਸਹੀ ਹੈ ਅਗਲਾ ਕੁਐਸਚਨ ਹੈ ਚਿੱਤਰ ਪਹਿਚਾਨੋ ਅਤੇ ਸ਼ਬਦ ਦੱਸੋ ਦੇਖੋ ਜੀ ਚਿੱਤਰ ਕਾਦਾ ਲੱਗ ਰਿਹਾ ਤੁਹਾਨੂੰ ਇਹ ਇੱਕ ਬੋਤਲ ਹੈ ਜਿਹਦੇ ਵਿੱਚ ਪਾਣੀ ਹੈ ਦੇਖੋ ਪਾਣੀ ਗਿਰਿਆ ਵੀ ਹੋਇਆ ਹੈ ਇਹ ਇੱਕ ਬੋਤਲ ਭਰੀ ਹੋਈ ਪਾਣੀ ਦੀ ਹੈ ਇਹ ਹੈ ਆਪਾਂ ਸ਼ਬਦ ਪੜ ਲੈਨੇ ਆਂ ਕ ਅੱਗੇ ਹੋੜਾ ਕੋ ੜਾੜੇ ਕੰਨੜਾ ਕੋੜਾ ਮੰਮੇ ਹੋੜਾ ਮੋ ਰ ਮੋਰ ਤਤੇ ਹੋੜਾ ਤੋ ਤਤੇ ਕੰਨਾ ਤਾ ਤੋਤਾ ਬੱਬੇ ਹੋੜਾ ਬੋ ਤ ਲ ਬੋਤਲ ਔਰ ਤਸਵੀਰ ਸਾਡੇ ਕੋਲੇ ਕਿਸ ਚੀਜ਼ ਦੀ ਹੈ ਜੀ ਬੋਤਲ ਦੀ ਤਾਂ ਸਾਡਾ ਚੌਥਾ ਆਪਸ਼ਨ ਬਿਲਕੁਲ ਸਹੀ ਹੈ ਅੱਗੇ ਹੈ ਦੁਲਾਵਾਂ ਮਾਤਰਾ ਦੀ ਧੁਣੀ ਦੱਸੋ ਅਸੀਂ ਸਾਰੇ ਇਹ ਅੱਖਰ ਹੈ ਜਿਹੜੇ ਪੜ ਕੇ ਦੇਖਾਂਗੇ ਮਾਤਰਾਵਾਂ ਦੇ ਨਾਲ ਉਹ ਚ ਜਿਹੜੀ ਦੁਲਾਵਾਂ ਵਾਲੀ ਮਾਤਰਾ ਵਾਲਾ ਅੱਖਰ ਹੈ ਉਹ ਸਾਡਾ ਉੱਤਰ ਜਿਹੜਾ ਹੋਊਗਾ ਬਿਲਕੁਲ ਠੀਕ ਹੋਊਗਾ ਸ ਸੇ ਲਾਵਾ ਸ ਸੱਸੇ ਦੁਲਾਵਾ ਸੱਸੇ ਸਿਹਾਰੀ ਸੀ ਸੱਸੇ ਹੋੜਾ ਸੋ ਔਰ ਅਸੀਂ ਕਿਹੜਾ ਮਾਤਰਾ ਜੁਣੀ ਹੈ ਜੀ ਦੁਲਾਵਾ ਤਾਂ ਸੱਸੇ ਦੁਲਾਵਾ ਸ ਇਹ ਜਿਹੜਾ ਆਪਸ਼ਨ ਹੈ ਸਾਡੇ ਕੋਲੇ ਬਿਲਕੁਲ ਠੀਕ ਹੈ ਹੁਣ ਇਹ ਤੁਸੀਂ ਕੁਐਸਚਨ ਆਪਣੀ ਕਾਪੀ ਦੇ ਉੱਪਰ ਨੋਟ ਵੀ ਕਰਨੇ ਹੈ ਤੇ ਆਪਣੇ ਇਹ ਤੁਸੀਂ ਯਾਦ ਵੀ ਰੱਖਣੇ ਹੈ ਤਾਂ ਕਿ ਅੱਗੇ ਜਿਹੜਾ ਐਲਓ ਆਵੇ ਉਹਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਆਣ ਤੇ ਤੁਹਾਨੂੰ ਉਹ ਬਿਲਕੁਲ ਚੰਗੀ ਤਰ੍ਹਾਂ ਆਂਦੇ ਹੋਣ ਠੀਕ ਹੈ ਜੀ ਥੈਂਕ ਯੂ